ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ? ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਜਿਵੇਂ ਹੁਣ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਨੇ ਹੁਕਮ ਕੀਤਾ ਵਾ, ਸਾਰੀ ਕੌਮ ਨੂੰ ਹੁਕਮ ਕਰਨ ਭਾਈ ਇਕੱਠੇ ਹੋ ਕੇ ਇੱਕੇ ਨਾਲ ਕੇਸ ਲੜਿਆ ਜਾਵੇ। ਇਹ ਨਾ ਹੋਵੇ ਵੀ ਬਈ ਕੋਈ ਕਹੇ ਉਹ ਲੜਨ ਲੱਗਾ ਮੈਂ ਨਹੀਂ ਲੜਨਾ, ਉਹ ਲੜਨ ਲੱਗਾ ਮੈਂ ਨਹੀਂ ਲੜਨਾ। ਇਹ ਕੌਮ ਦੇ ਜਥੇਦਾਰ ਸੀਗੇ, ਜੋ ਸਾਡੇ ਪਿਤਾ ਸੀਗੇ ਜਲਦੇ, ਅਸੀਂ ਤਾਂ ਲੜਦੇ ਲੜਨਾ ਉਦੋਂ ਪਹਿਲਾਂ ਕੌਮ ਦੇ ਸੀ, ਕੌਮ ਦੇ ਜਥੇਦਾਰ ਸੀਗੇ, ਕਿਉਂਕਿ ਉਹ ਕਹਿੰਦੇ ਵੀ ਸੀਗੇ ਕਹਿੰਦੇ ਭਾਈ ਮੈਨੂੰ ਕੌਮ ਦਾ ਜਥੇਦਾਰ ਬਣਾਇਆ ਵਾ ਅਤੇ ਕੌਮ ਜਿੱਥੇ ਮੈਨੂੰ ਚਾਹੂਗੀ ਮੈਂ ਤਾਂ ਉੱਥੇ ਜਾਊਂਗਾ। ਸਾਡੀ ਮਾਤਾ ਨੂੰ ਕਹਿੰਦੇ ਵੀ ਭਾਈ ਬੱਚਿਆਂ ਦਾ ਪਾਲਣ ਪੋਸ਼ਣ ਤੁਸੀਂ ਕਰਨਾ ਵਾ। ਜਿਸ ਤਰ੍ਹਾਂ ਹੁਣ ਵੀ ਜਿਹੜੇ ਆ ਸਰਬੱਤ ਖਾਲਸਾ ਵੱਲੋਂ ਥਾਪੇ ਜਾਂਦੇ ਜਥੇਦਾਰ ਸਾਹਿਬਾਨ ਨੇ, ਹਾਂਜੀ, ਉਹ ਉਹਨਾਂ ਦੀ ਮਤਲਬ ਹੁਣ ਉਹਨਾਂ ਨੂੰ ਇਸ ਨਜ਼ਰੀਏ ਨਾਲ ਦੇਖਿਆ ਜਾਂਦਾ ਕਿ ਇਹ ਤਾਂ ਜਥੇਦਾਰ ਸਾਹਿਬ ਹੀ ਨਹੀਂ ਹੈਗੇ, ਤਾਂ ਉਹ ਅਜਿਹੀ ਗੱਲ ਤਾਂ ਨਹੀਂ ਸੀ ਉਦੋਂ ਕੋਈ? ਨਹੀਂ ਜੀ, ਕਿਉਂਕਿ ਉਹ ਉਦੋਂ ਕੌਮ ਮੰਨਦੀ ਸੀ, ਕੌਮ ਮੰਨਦੀ ਸੀ ਜਾਂਦੇ ਉਦੋਂ ਉਹਨਾਂ ਨੇ ਉੱਥੇ ਰਹਿ ਕੇ ਸੇਵਾ ਕਰਾਈ ਹੈ ਅਕਾਲ ਤਖਤ ਸਾਹਿਬ ਦੀ। ਜਦੋਂ 84 ਤੋਂ ਬਾਅਦ ਦੁਆਰੇ ਅਕਾਲ ਤਖਤ ਦੀ ਸੇਵਾ ਹੋਈ ਆ, ਜਿੰਨਾ ਚਿਰ ਰਹੇ ਆ ਉੱਥੇ ਦਰਬਾਰ ਸਾਹਿਬ ਵੀ ਰਹੇ ਆ, ਅਤੇ ਉਸ ਤੋਂ ਬਾਅਦ ਆਪਣੇ 30 April 1997 ਨੂੰ ਉੱਥੋਂ ਦਰਬਾਰ ਸਾਹਿਬ ਤੋਂ ਫੜਿਆ ਜਾਂਦਾ ਉਹਨਾਂ ਨੂੰ, ਫਿਰ ਉੱਥੇ ਬਾਹਰ ਲੈ ਜਾਂਦੇ, ਆਪਣੇ ਜੱਬਲਪੁਰ ਵੀ ਲੈ ਗਏ ਆ, ਕੁਰੂਕਸ਼ੇਤਰ ਵੀ ਲੈ ਗਏ ਆ, ਬਲਕਿ ਸੂਬੇ ਤੋਂ ਬਾਹਰ ਵੀ ਜਿਹਨਾਂ 'ਚ ਵੀ ਰੱਖਿਆ, ਬਾਹਰਲੇ ਸੂਬਿਆਂ 'ਚ ਰੱਖਿਆ ਜਾਂਦਾ ਜਦੋਂ ਦਰਬਾਰ ਸਾਹਿਬ 'ਚੋਂ ਫੜ ਕੇ ਲੱਗੇ ਨਾ, ਅਤੇ ਉਦੋਂ ਬਾਹਰ ਹੀ ਰੱਖਿਆ ਉਹਨਾਂ ਦੇ ਜਾਂਦੇ। ਉਦੋਂ ਕੀ ਕਾਰਨ ਸੀ, ਕੀ ਲੱਗਦਾ ਸੀ ਸਰਕਾਰ ਵੀ ਜਿਹੜੇ ਦੁਬਾਰਾ ਜਿਸ ਤਰ੍ਹਾਂ ਦਾ ਵੀ ਸਹੀ ਕਰ ਰਹੇ ਸੀ ਕੌਮ ਨੂੰ, ਉਹ ਜਾਂ ਕੌਮ ਲਈ ਜਿਹੜਾ ਕੰਮ ਕਰ ਰਹੇ ਸੀ ਉਹ ਚੀਜ਼ ਤੋਂ? ਹਾਂਜੀ, ਉਸ ਚੀਜ਼ ਤੋਂ, ਕਿਉਂਕਿ ਸੰਗਤ ਇਹਨਾਂ 'ਤੇ ਐਤਵਾਰ ਕਰਦੀ ਸੀਗੀ, ਕਿਉਂਕਿ ਉਦੋਂ ਵੀ ਸੰਗਤ ਇੰਨੀ ਕੁ ਜੁੜਨ ਲੱਗ ਗਈ ਸੀਗੀ, ਉਹ ਉੱਥੇ ਤਕਰੀਬਨ ਸੰਗਤ ਮਿਲਣ ਦਾ ਤਾਤਾ ਲੱਗਿਆ ਰਹਿੰਦਾ ਸੀਗਾ, ਕਹਿੰਦੇ ਉੱਥੇ ਵੀ ਦੂਰੋਂ ਦੂਰੋਂ ਸੰਗਤ ਆਉਂਦੀ, ਸੰਗਤ ਇਹ ਕਹਿੰਦੇ ਵੀ ਦੁਆਰੇ ਭਿੰਡਰਾਂ ਵਾਲੇ ਆ ਗਏ, ਅਤੇ ਸਰਕਾਰਾਂ ਨੂੰ ਇਹ ਨਹੀਂ ਨਹੀਂ ਚੰਗੀਆਂ ਲੱਗਦੀਆਂ ਸੀਗੀਆਂ, ਕਿਉਂਕਿ ਉਹਨਾਂ ਨੂੰ ਤਾਂ ਚਾਹੀਦਾ ਵੀ ਜਿਹੜੀ ਚੀਜ਼ ਅਸੀਂ ਕਹੀਏ ਉਹ ਮੰਨੇ ਉਹ ਕਰੇ। ਦਮਦਮੀ ਟਕਸਾਲ ਵੱਲੋਂ ਵੀ ਥਾਪਿਆ ਗਿਆ ਸੀ ਨਾ ਉਹਨਾਂ ਨੂੰ? ਹਾਂਜੀ, ਸਾਰੇ 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 ਪੰਥ ਨੇ ਥਾਪੇ ਗਏ, ਹਾਂ, ਸਰਬੱਤ ਖਾਲਸਾ ਪੰਥ ਨੇ ਥਾਪੇ ਗਏ ਸੀਗੇ ਜਾਂਦੇ, ਅਤੇ ਉਹਨਾਂ ਨੇ ਜਥੇਦਾਰੀ ਕਰਕੇ ਵੀ ਦਿਖਾਈ ਆ ਵੀ ਜਥੇਦਾਰੀ ਐਂ ਹੁੰਦੀ ਆ।